ਫਰੀਦਕੋਟ ਵਿੱਚ ਇੱਕ ਪੁਲਿਸ ਵਾਲੀ ਜਿਪਸੀ ਜੋ ਫਰੀਦਕੋਟ ਤੋਂ ਸਾਦਿਕ ਨੂੰ ਜਾਂਦੀ ਸੜਕ ਉੱਪਰ ਇੱਕ ਮੋਟਰਸਾਈਕਲ ਨਾਲ ਟਕਰਾ ਗਈ। ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਦੀ ਹੋਈ ਮੌਤ। ਕੁਝ ਸਮੇਂ ਬਾਅਦ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਕਿਹਾ ਹੈ ਕਿ ਬਹੁਤ ਦੁਖਦਾਈ ਖਬਰ ਹੈ, ਅਗਰ ਜੋ ਵੀ ਆਰੋਪੀ ਹੋਇਆ ਉਸ ਖਿਲਾਫ਼ ਸਖਤ ਕਾਰਵਾਈ ਹੋਵੇਗੀ। ਉਹ ਪਰਿਵਾਰ ਨਾਲ ਖੜੇ ਹਨ। ਉੱਥੇ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਪੁਲਿਸ ਦੀ ਗੱਡੀ ਨੇ ਉਹਨਾਂ ਦੇ ਪਿਤਾ ਦੀ ਜਾਨ ਲਈ ਹੈ, ਜੋ ਮੌਕੇ ਤੋਂ ਹਸਪਤਾਲ ਲਿਜਾਣ ਲਈ ਬਜਾਏ ਫਰਾਰ ਹੋ ਗਏ। ਮੌਕੇ ਤੇ ਪਹੁੰਚੇ ਪੁਲਿਸ ਇੰਸਪੈਕਟਰ ਅਮਰਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਮੌਕੇ ਤੇ ਪਹੁੰਚੇ ਨੇ ਤੇ ਜਾਂਚ ਕਰਕੇ ਕਿਸ ਦੀ ਗੱਡੀ ਹੈ ਉਹ ਪਤਾ ਕਰਨਗੇ। ਇਹ ਨਾ ਜਿਹੜਾ ਫਰੀਦਕੋਟ ਸਾਦਿਕ ਰੋਡ ਹੈ, ਇੱਥੋਂ ਮਚਾਕੀ ਖੁਰਦ ਨੂੰ ਸੜਕ ਮੁੜਦੀ ਹੈ। ਇਹ ਤੋਂ ਮੋਟਰਸਾਈਕਲ ਵਾਲੇ ਅੱਗੇ ਆ ਰਹੇ ਸੀ, ਅਚਾਨਕ ਉਹਨਾਂ ਨੇ ਮਚਾਕੀ ਖੁਰਦ ਨੂੰ ਮੁੜਨਾ ਸੀ ਅਤੇ ਪਿੱਛੇ ਤੋਂ ਗੱਡੀ ਆ ਰਹੀ ਸੀ ਅਤੇ ਉਹ ਜਿਹੜਾ ਹੈਗਾ ਉਹ ਗੱਡੀ ਇਹਦੇ ਵਿੱਚ ਵੱਜਣ ਨਾਲ ਦੋਨਾਂ ਬੰਦਿਆਂ ਦੀ ਜਿਹੜਾ ਸਾਥੀਆਂ ਦੀ ਮੌਕੇ 'ਤੇ ਮੌਤ ਹੋ ਗਈ। ਸਰ ਤੁਸੀਂ ਮੌਕੇ 'ਤੇ ਪਹੁੰਚੇ ਹੋ? ਮੇਰੇ ਆਉਣ ਤੋਂ ਥੋੜ੍ਹਾ ਸਮਾਂ ਪਹਿਲਾਂ ਐਕਸੀਡੈਂਟ ਹੋ ਗਿਆ ਸੀ, ਅਸੀਂ ਪਿੰਡਾਂ ਦੇ ਵਿੱਚ ਗਏ ਹੋਏ ਸੀ। ਇੱਥੇ ਆ ਕੇ ਪਤਾ ਲੱਗਾ ਮੇਰੇ ਹੀ ਹਲਕੇ ਦੇ ਪਿੰਡ ਝੋਟੀ ਵਾਲੇ ਦੇ ਦੋਨੇ ਪਰਿਵਾਰ ਹੈ। ਬਹੁਤ ਦੁਖਦਾਈ ਘਟਨਾ ਹੈ, ਇਸ ਉਮਰ ਦੇ ਵਿੱਚ ਨੌਜਵਾਨ ਹੈ, ਇੱਕ ਬਜ਼ੁਰਗ ਹੈ, ਪਰਿਵਾਰ ਨੂੰ ਹਰ ਇੱਕ ਬੰਦੇ ਦੀ ਲੋੜ ਹੁੰਦੀ ਹੈ, ਤਾਂ ਬੜਾ ਦੁਖਦਾਈ ਸਮਾਂ। ਹਰ ਇੱਕ ਕੋਸ਼ਿਸ਼ ਕਰਾਂਗੇ ਜਿੰਨੀ ਵੀ ਹੋ ਸਕੇ, ਪਰਿਵਾਰ ਦੀ ਮਦਦ ਵੀ ਕਰਾਂਗੇ ਅਤੇ ਨਾਲ ਜਿਹੜੀ ਕੋਈ ਕਿਸੇ ਦੀ ਗਲਤੀ ਹੈ ਉਹ ਦੇਖਿਆ ਜਾਊਗਾ ਵੀ ਗਲਤੀ ਕੀ, ਕਿਸ ਕਾਰਨ ਐਕਸੀਡੈਂਟ ਹੋਇਆ। ਠੀਕ ਹੈ। ਤਾਂ ਅਸੀਂ ਇਹ ਮੁਲਾਜ਼ਮ ਆਏ ਨੇ ਸਾਡੇ, ਸਾਡੇ ਨੂੰ ਮਾਰ ਕੇ ਸਿੱਟ ਕੇ ਪਾਣੀ ਦਾ ਪਿਆ ਦਿਓ, ਮੈਡੀਕਲ ਦਾ ਲੈ ਜਾਓ ਤੁਸੀਂ, ਸਾਨੂੰ ਦੁੱਖ ਘੱਟ ਆਉਂਦਾ, ਸਾਡਾ ਝਾੜਾ ਸਿੱਟ ਗਿਆ, ਮੁਲਾਜ਼ਮ ਭੱਜ ਗਏ ਆ ਗੱਡੀ ਛੱਡ ਕੇ। ਹੁਣ ਸੀ ਗੱਡੀ ਦਾ ਪਤਾ ਲੱਗਾ? ਘੰਟੇ 2 ਘੰਟੇ ਪੁਲਿਸ ਵਾਲਿਆਂ ਦੀ ਗੱਡੀ ਹੈ ਜੀ, 2 ਘੰਟੇ ਬਾਅਦ ਸਾਡੇ ਪਿੰਡ ਦੇ ਬੰਦਿਆਂ ਨੇ ਆ ਕੇ ਚੱਕਿਆ, ਉਹਨਾਂ ਨੂੰ ਮੌਤ ਹੋ ਗਈ। ਪਹਿਲਾਂ ਆਉਂਦੇ ਜਦ ਸਾਡਾ ਬਚਦਾ ਜਾਂਦਾ, ਦੋ ਜਣੇ ਸੀਗੇ ਜੀ, ਦੋ ਜਣੇ ਸੀ, ਦੋਵੇਂ ਮਾਰ ਮਗਰ ਕਰਨਾ ਪ੍ਰੋਪਰ ਕਰਨਾ, ਸਾਰੇ ਇੱਥੇ ਪੁਲਿਸ ਵਾਲੇ ਦੱਸਦੇ ਤੇਜ਼ ਗੱਡੀ ਵਿੱਚ, ਉੱਥੋਂ ਯਾਰ ਲੱਗੜਿਆ ਉਹ ਤਾਂ ਵੇਖੋ ਝੋਨੇ ਦਾ ਬੀਜ ਲੈਣ ਗਿਆ, ਕਿੱਥੋਂ ਰਗੜਿਆ, ਤੂੰ ਆ ਮਗਰੋਂ ਚੱਕਿਆ, ਫਿਰ ਸਾਡਾ ਐਕਸੀਡੈਂਟ ਹੋ ਜਾਂਦੇ ਆ, ਹੋ ਗਿਆ, ਪਾਣੀ ਦਾ ਪਿਆ ਦਿਓ, ਚੱਕ ਤਾ ਲਓ, ਮੁਲਾਜ਼ਮ ਸੱਟ ਕੇ ਉੱਡ ਗਏ ਸਾਡੇ ਬੰਦੇ ਨੂੰ, ਮੁਲਾਜ਼ਮਾਂ ਨੇ ਪਾਣੀ ਵੀ ਮੈਡੀਕਲ ਲੈ ਜਾਂਦੇ, ਸਾਡਾ ਕਈ ਬਚ ਜਾਂਦਾ। ਹੁਣ ਹੀ ਪਤਾ ਲੱਗਿਆ ਜੀ ਐਕਸੀਡੈਂਟ ਹੋਇਆ, ਪਾਇਲਟ ਗੱਡੀ ਸੀਗੀ, ਉਹਦੇ ਵਿੱਚ 2 ਮੋਟਰਸਾਈਕਲ ਸਵਾਰ ਵੱਜੇ ਆ ਅਤੇ ਐਂਬੂਲੈਂਸ ਆ ਗਈ, ਉਹਨਾਂ ਨੂੰ ਰੁਕਵਾ ਦਿੱਤਾ ਹੈਗਾ। ਵੇਖਣ ਵਾਲੇ ਦੱਸ ਰਹੇ ਕਿ ਲੜਕਿਆਂ ਦੀ ਮੌਤ ਹੋ ਗਈ, ਕਰ ਰਹੇ ਹਾਂ ਪੜਤਾਲ ਕਰ ਰਹੇ ਹਾਂ। ਪਾਇਲਟ ਹੈ ਜੀ, ਮੈਂ ਆਪ ਹੁਣ ਆਇਆ ਹੈਗਾ, ਸ਼ਾਇਦ ਦੱਸ ਰਹੇ ਵੀ MLA ਸਾਹਿਬ ਦੀ ਪਾਇਲਟ ਗੱਡੀ ਹੈ, ਦੇਖ ਲੈਂਦੇ ਜੀ, ਚੈੱਕ ਕਰ ਲੈਂਦੇ। ਹੁਣੇ ਹੀ ਜਸਟ ਪਹੁੰਚੇ ਹੀ ਹਾਂ ਮੈਂ ਤੁਹਾਡੇ ਆਉਂਦੇ, ਮੈਂ ਤਾਂ ਆਪ ਜੇ ਪੁੱਛਣਾ ਇਹਨਾਂ ਨੂੰ, ਮੁਲਾਜ਼ਮ ਜਿਹੜੇ ਪਹਿਲਾਂ ਆਏ ਹੋਏ ਮੌਕੇ 'ਤੇ, ਉਹਨਾਂ ਨੂੰ ਪੁੱਛ ਕੇ ਫਿਰ ਤੁਹਾਨੂੰ ਦੱਸ।